मैं तो हूं जाना, मैं तो हूं लगे एक दो दिन इस तक नहीं आ सकना। वो जवाब हूं तो खड़ा छड़ा हुआ हूं, मैं तो इन्हें छटका मारा नहीं दो में तंग कर दिया ना। देखी जो कोई वो आपकी बड़ी विचारूगा किमें बनू चार मना पता नवी लगी कम दे भी जिम्मेदारियां मत लै खंड पाठ प्रकाश हो गए उन्होंने प्रकाश कर दो पहला पहला जाना पा चल तू हूँ किधर चक लिया पाएगा ਤੁਸੀਂ ਮੇਰੇ ਬੈਗ ਤੋਂ ਕਿ ਲੈਣਾ ਕਿਦੇ ਚੱਕਿਆ ਹੋਇਆ ਨਾ ਚੱਕਵੇ ਤੁਸੀਂ ਲੱਤਾਂ ਨੂੰ ਸਾ ਲਓ ਘਰੇ ਸਮਾ ਕੇ ਤੁਸੀਂ ਤਾਂ ਨਾ ਘਰੋਂ ਖੜਾ ਛੜਾਉਂਦੇ ਫਿਰਦੇ ਹੋ ਨਾ ਤਾਂ ਕੰਮ ਦੇ ਉਹ ਹੱਥ ਲਾਉਂਦਾ ਜਿਹੜਾ ਆਪਦੇ ਵਰਗਾ ਲਿਆ ਆ ਤੇ ਆਹ ਨਿੰਬੂ ਨੂੰ ਕਾਇਦਨ ਹੋ ਗਏ ਲਿਆਂਦੇ ਨੂੰ ਜਿੰਨਾ ਚਿਰ ਮਾਈ ਨੇ ਹੱਥ ਲਾਉਂਦੀ ਚੱਕਦਾ ਤੂੰ ਅੱਛਾ ਅਸੀਂ ਪੁੱਣੇ ਸੀ ਨਿੰਬੂ ਨੇ ਮੂੰਹ ਕੰਮ ਛੋਟਾ ਬੁੜੀਆਂ ਦਾ ਆਉਂਦਾ ਹੈ ਬੁੜੀਆਂ ਚਾਵਲ ਚਾਵਲ ਬੰਨੀਆਂ ਦੀ ਕੋਈ ਕੰਮ ਬੁੜੀਆਂ ਦੇ ਕੋਈ ਬੁੜੀਆਂ ਨੂੰ ਬੰਨੇ ਨਹੀਂ ਹੁੰਦੇ ਬੰਦਾ ਵੀ ਕਰ ਸਕਦਾ ਹੁੰਦਾ ਜੇ ਵੇਲ ਹੋਵੇ ਕਿਉਂ ਤੜਕੇ ਸਿੰਘ ਮਿੱਟੀ ਚੱਕ ਲਿਆ ਕਲੇਸ ਪਾ ਲੈਣਗੇ ਜਾਂ ਤੜਕੇ ਪਾਉਣਗੇ ਚੂਣ ਮਾਰਦਾ ਉਹ ਪਰੋਣ ਦੀ ਹੈ ਜਿਹੜਾ ਵਿਚਾਰਾ ਛੋਟੇ ਚ ਫਸ ਗਿਆ ਕਿ ਅੱਛਾ ਉਹ ਵਿਚਾਰਾ ਹਾਂ ਵਿਚਾਰਾ ਫਸ ਗਿਆ ਛੋਟੇ ਜਾ ਕੇ ਅੱਛਾ ਤੁਸੀਂ ਤੰਗ ਕਰੀਓ ਸਾਰਾ ਦੇ ਫਿਰ ਕਰੀ ਜਰੋ ਕਰ ਲਿਓ ਹੁਣ ਜਿਵੇਂ ਕਹਿੰਦਾ ਆਪਦਾ ਜਿਹੜਾ ਕੋਲ ਦੁੰਦਾ ਆਪ ਕਰ ਲਿਓ ਆ ਮਾਰ ਜਾਣ ਨਾਲ ਲੈ ਜਾ ਉਹਨੂੰ ਵੀ ਨਾਲ ਲੈ ਜਾ ਬਗ ਜੂਗਾ ਜੇ ਇੱਤ ਪਾਈ ਗਿਆ ਉਹ ਵੀ ਬਗ ਜੂ ਰਹਿਣਾ ਵੀ ਨਹੀਂ ਸਾਨੂੰ ਕੀ ਕਿਤੇ ਖਾਣੀ ਅਸੀਂ ਬਗ ਜਾਾਂਗੇ ਮਾਮਤੀਆਂ ਹਾਂ ਤੁਸੀਂ ਕਿੱਥੇ ਬਗ ਜੂਗੇ ਤੁਹਾਨੂੰ ਤਾਂ ਐ ਵੀ ਸਾਡਾ ਹੱਕਾ ਦਾ ਸੀ ਲੱਤਾਂ ਨੂੰ ਸਾ ਕੇ ਬੈਠ ਗਏ ਸਮਾਰ ਕੇ ਤੁਸੀਂ ਕਿੱਥੋਂ ਜਾਓਗੇ ਅੱਛਾ ਤੁਸੀਂ ਦੂਜਿਆਂ ਨੂੰ ਕੱਢ ਦਿਓ ਨਾ ਅਸੀਂ ਬਗ ਜਾਾਂਗੇ ਜੇ ਤੇਰਾ ਕੋਈ ਸਾਨੂੰ ਲੋੜ ਨਹੀਂ ਤੇਰਾ ਢਿੱਡ ਭਰ ਜੂਗਾ ਕਿਸੇ ਪਾਸੇ ਬਸ ਰਾਸਾ ਕੁਛ ਕਰ ਮੇਰੇ ਬਣੀ ਮਦਾ ਸਾ ਘਰ ਨੂੰ ਖਾ ਪੀ ਕੁਛ ਕਰੀ ਜਾ ਇੱਥੇ ਮੈਂ ਮੇਰਾ ਕਹਿਣਾ ਸੁੱਟਿਆ ਹੁਣ ਨੂੰ ਮੈਂ ਤਾਂ ਨਹੀਂ ਆਉਂਦਾ ਮੁੜ ਕੇ ਖਾਣ ਪੀਣ ਨੂੰ ਤਾਂ ਤੇਰੇ ਮਰ ਬਦਾਮ ਲਿਆਂਦੇ ਪਏ ਆ ਨਾ ਘਰੇ ਕੁਛ ਕਰੀਓ ਮੇਰੇ ਬਣੀ ਮਦਾ ਪਾਪਾ ਨੂੰ ਖੁੱਲੀ ਛੁੱਟੀ ਤੁਹਾਡੇ ਕੋਲ ਸਾਲਾ ਨਾ ਕੁਛ ਕਰੋ ਨਾ ਉਹ ਜਿਹਾ ਨੰਗ ਜਮਾਈ ਛੇੜ ਲਿਆ ਛੇੜ ਲਾ ਤੁਹਾਨੂੰ ਹੁਣ ਨੰਗ ਲੱਗਦਾ ਉਹ ਚੰਗਾ ਭਲਾ ਨੀਮਾ ਹਾਂ ਆ ਤੈਨੂੰ ਸ਼ਾਮੇ ਮੰਜਾ ਕਿਨੇ ਡਾਤਾ ਭੋਰਾ ਲੱਖਣ ਨਹੀਂ ਹੈਗਾ ਇਸ ਮੁੰਡੇ ਨੂੰ ਤੂੰ ਬਾਹ ਸਿਰ ਤੇ ਨਾ ਚੜਾਇਆ ਕਰ ਨਹੀਂ ਮਾਏ ਕੀ ਚੀਜ਼ ਸਿਰ ਤੇ ਚੜਾਇਆਗਾ ਅੱਗੇ ਨਾ ਪਤਾ ਨਹੀਂ ਤੇਰੇ ਪਿਓ ਨੂੰ ਕੀ ਲੁੱਤੀਆਂ ਲਾਈ ਜਾਂਦਾ ਉਹ ਬੜਬੜ ਕਰਕੇ ਗਿਆਗਾ ਚਲ ਉਹ ਤਾਂ ਕੋਈ ਨਹੀਂ ਬਾਪੂ ਦਾ ਬਾਗ ਗਿਆ ਹੁਣ ਉਹ ਤਾਂ ਇੱਕ ਦਿਨ ਜਾਂ ਦੋ ਦਿਨ ਉੱਥੇ ਰਹੂਗਾ ਉਹ ਤੇ ਮੁੱਕੀ ਟੈਨਸ਼ਨ ਹੁਣ ਇਹਨੂੰ ਨਾ ਦੋ ਦਿਨਾਂ 'ਚ ਬੰਦਾ ਬਣਾਇਆ ਨਾ ਆਪਾਂ ਨੂੰ ਵੀ ਇਹਦੀ ਸੱਸ ਦੇ ਇਹਦੇ ਘਰ ਵਾਲੀ ਕਿਹਨੇ ਕਹਿਣਾ ਬੇ ਹੈਪੀ ਕਿੱਥੇ ਆ ਤੂੰ ਤੈਨੂੰ ਸ਼ਰਮ ਸ਼ਰਮ ਜਮਾ ਨਹੀਂ ਹੁੰਦੀ ਚੱਕ ਕੇ ਫੌੜਾ ਤੁਰਾ ਫਿਰਦਾ ਰਿਹਾ ਕਰ ਚੰਗਾ ਉਹ ਮੈਂ ਪਹਿਲਾਂ ਤਾਂ ਫੋਸ ਹਟਾ ਕੇ ਆਇਆ ਸੀ ਹੁਣ ਭਾਈ ਪਾਣੀ ਪਿਉਣਾ ਕਾਂਗਿਆਂ ਨੂੰ ਫਿਰ ਮੈਂ ਖੇਤ ਜਾਣਾ ਹੋਊਗਾ ਲੈ ਲੈ ਕੰਮ ਤਾਂ ਤੂੰ ਸਾਨੂੰ ਆਏ ਗਣਾਉਣਾ ਗਾ ਜਿਵੇਂ ਕੋਈ ਅਸੀਂ ਕੋਈ ਸਾਣ ਮੰਨਾਂਗੇ ਤੇ ਲੰਗਰ ਨਹੀਂ ਤੋੜਦਾ ਤੂੰ ਮੈਂ ਫੋਸ ਹਟਾ ਕੇ ਰੱਖਿਆ ਸੀ ਆਏ ਤੇ ਆਹ ਆ ਬੇੜੀ ਚ ਬਚਾ ਕੇ ਧਰਤੀ ਤੈਨੂੰ ਸ਼ਰਮ ਸ਼ਰਮ ਹੈ ਨੀ ਨਾ ਜੇ ਕੋਈ ਆ ਗਿਆ ਕੀ ਕਹੂਗਾ ਕੋਈ ਵੀ ਤੁਹਾਡਾ ਪਰੋਣਾ ਆਏ ਕੰਮ ਕਰਦਾ ਨੀਰਾ ਵਿਚਾਲੇ ਰੱਖਦਾ ਉਥੇ ਟੋਕੇ ਵਾਲੀ ਮਸ਼ੀਨ ਦੇ ਕੋਲੇ ਲਾ ਕੇ ਲਾ ਦਿੰਦਾ ਮੋਟਰਸਾਈਕਲ ਉਧਰ ਲਾਤਾ ਉਧਰ ਲਾਤਾ ਜਲੂਸ ਜਿਹਾ ਬਾਲਾ ਕੱਢ ਦਿੰਦਾ ਤੂੰ ਕੋਈ ਨਾ ਕਰ ਦਿੰਦਾ ਇਹ ਵੀ ਮਸ਼ੀਨ ਦੀ ਨਾ ਪੁੱਤ ਗਰਾਰੀ ਟੁੱਟੀ ਪਈ ਐ ਇਹ ਟੱਲਦਾ ਕਰਨ ਤੋਂ ਇੱਥੇ ਤੂੰ ਲਾਈ ਰੁੱਗ ਇਹਨੂੰ ਜੋੜ ਲਈ ਉੱਥੇ ਮੈਂ ਕਿਉਂ ਲਾਵਾਂ ਰੁੱਗ ਮੈਨੂੰ ਕੀ ਲੋੜ ਪੈਂਦੀ ਆਪੇ ਆਪਦੇ ਯਾਰ ਬੈਲਿਆਂ ਨੂੰ ਸੱਦ ਕੇ ਲਿਆਊਗਾ ਜਿਹਦੇ ਕੋਲ ਘੰਟਾ ਘੰਟਾ ਖੜ ਕੇ ਆਉਂਦਾ ਉੱਥੇ ਨੀਰਾ ਨਹੀਂ ਵੱਢ ਕੇ ਆਉਂਦਾ ਮਾਂ ਚੁਗਲੀਆਂ ਕਰਕੇ ਆਉਂਦਾ ਖੇਤ ਇਹ ਬਸ ਕੱਲੀਆਂ ਚੁਗਲੀਆਂ ਤੇ ਹੋ ਗਿਆ ਤਾਂ ਹਾਂ ਹੋ ਗਿਆ ਹੁਣ ਐ ਮਚਾਲੇ ਉਹਦੇ ਵਿੱਚ ਮਾਰ ਕੇ ਭੰਨ ਦੇ ਤੇਰੇ ਪਿਓ ਨੇ ਦਿੱਤਾ ਜਾਂ ਤੂੰ ਲੈ ਕੇ ਆਇਆ ਮੈਂ ਭੰਨ ਚੋਂ ਤੂੰ ਐ ਕਰੀਏ ਨਹੀਂ ਐ ਮਾਰੇਗਾ ਹੀ ਵਿੱਚ ਵਿਚਾਲੇ ਅਸੀਂ ਬੈਠੇ ਆ ਮੇਰੀ ਮਾਂ ਦਾ ਮੰਜਾ ਤੈਨੂੰ ਸ਼ਰਮ ਸ਼ੁਰਮ ਹੈ ਨਹੀਂ ਵੇ ਸ਼ਾਮੇ ਦਾ ਤਾਂ ਤੜਕੀ ਤੜਕ ਤੈਨੂੰ ਤਾਂ ਆ ਵੀ ਬਿਮਾਰ ਹੋ ਜੇ ਸੱਸ ਮੇਰੀ ਮਰ ਜੇ ਮੁੜ ਕੇ ਚੱਲ ਮੈਂ ਹੋ ਜਾਵਾਂ ਆਜ਼ਾਦ ਤੇਰੀ ਤਾਂ ਮੈਂ ਫੇਰ ਵੀ ਨਹੀਂ ਚੱਲਣ ਦਿੰਦੀ ਹਾਂ ਨਹੀਂ ਮੈਂ ਕੁਝ ਕਹਿੰਦਾ ਬੜਾ ਗਰੀਬ ਜਾਣਾ ਬਣਿਆ ਕਰ ਸਾਡੇ ਸਾਹਮਣੇ ਵੀ ਇੰਨਾ ਸਰੀਫ ਆ ਆ ਵਿਚਾਲੇ ਫੌੜੇ ਭੂਕ ਅਸੀਂ ਇਹ ਹਾਏ ਵੇ ਤੈਨੂੰ ਲੱਖਣ ਕਦੋਂ ਆਊਗਾ ਐ ਵੀ ਤੂੰ ਜਰੂਸ ਕਾਹਦਾ ਬਣਾ ਕੇ ਰੱਖਦਾ ਸਾਡੇ ਘਰ ਦਾ ਆਪਦੇ ਪਿੰਡ ਆਏ ਕਰਦਾ ਹੁਣ ਤੇਰੇ ਭਰਾ ਨੂੰ ਦੇਖ ਲਾ ਕਿੰਨਾ ਸੋਹਣਾ ਘਰ ਰੱਖਦਾ ਨਾਲੇ ਕੁਝ ਸਿੱਖ ਲਿਆ ਕਰ ਉਹਦੀ ਭਾਬੀ ਤੋਂ ਜਿਹਦੇ ਨਾਲ ਪੁੱਤ ਤੂੰ ਮੇਰੀ ਗੱਲ ਸੁਣ ਲਾ ਉਰੇ ਆ ਕੇ ਇਹ ਤਾਂ ਨਾ ਘੋਰੀ ਹੋਇਆ ਪਿਆ ਤੈਨੂੰ ਵੀ ਬੁਲਾ ਬੁਲਾ ਕੇ ਤੇਰੇ ਵੀ ਤੇਰਾ ਤਾਂ ਵਕੀਲਾਂ ਵਰਗਾ ਦਿਮਾਗ ਸੀ ਤੈਨੂੰ ਵੀ ਕਾਮਲੀ ਕਰ ਦੂਗਾ ਤਾਂ ਨੀ ਮਾ ਕੀ ਕਰਾਉਣਾ ਸੀਗਾ ਤੁਸੀਂ ਬਾਲਾ ਕਾਲਾ ਪਾਉਣ ਲੱਗ ਗਿਆ ਹੁਣ ਇੱਧਰ ਦੀ ਲਿਆ ਕੇ ਇੱਧਰ ਦੀ ਕੱਢੂਗਾ ਪਰ ਤਾਂ ਕੀ ਪਹਿਲਾਂ ਤਾਂ ਇਹ ਪੈੜੇ ਹੀ ਪਾ ਦਿੰਦਾ ਹੁੰਦਾ ਬੇੜੇ ਨਹੀਂ ਇਹਨੂੰ ਤਾਂ ਕੁਛ ਜਾ ਤੇਰੇ ਮੂਰੇ ਹੱਥ ਬੰਨੇ ਵਗ ਜਾ ਮਸ਼ੀਨ ਕੋਲ ਵਗ ਜਾ ਹੈਪੀ ਨਹੀਂ ਮੈਥੋਂ ਨਾ ਫਿਰ ਅੱਜ ਕਿਤਾਈ ਕੀ ਹੋ ਜੂਗੀ ਵਗ ਜਾ ਇੱਥੇ ਵਗ ਜਾ ਮੇਰਾ ਜੀ ਨਹੀਂ ਕਰਦਾ ਹੁੰਦਾ ਮਾਰਨ ਨੂੰ ਪਰ ਮੈਂ ਕੀ ਕਰਾਂ ਵੱਜ ਜਾਂਦਾ ਹੁੰਦਾ ਮੈਥੋਂ ਨੀ ਮਾ ਸੌਂ ਲੱਗੇ ਅੱਧਾ ਤਾਂ ਇਹ ਚਿੱਤ ਖਰਾਬ ਕਰ ਦਿੰਦਾ ਮੈਨੂੰ ਤਾਂ ਐਸੀ ਰੋਟੀ ਰੋਟੀ ਖਾ ਕੇ ਵਧੀਆ ਰਹਿ ਬੈਠਾ ਮੇਰੀ ਗੱਲ ਸੁਣ ਕਰ ਤਰ ਲੈ ਆ ਮਾਰ ਕੇ ਤਾਂ ਨਾ ਮਾੜਾ ਜਿਹਾ ਠੁੰਗ ਲਾ ਕੇ ਜੱਗ ਤੋਂ ਬਦਨਾਮੀ ਕਰਾ ਲਈਏ ਉਹਦੇ ਨਾਲ ਤਾਂ ਉਹਦੀ ਜੂ ਵੀ ਨਹੀਂ ਮਰੀ ਕੋਈ ਗੱਲ ਨਹੀਂ ਇੰਨੇ ਕਣਾ ਮਾਰਦਾ ਨਾ ਡਰ ਪੈ ਜਾਂਦਾ ਬੰਦੇ ਨੂੰ ਵੀ ਜੇ ਮੈਂ ਇਦੋਂ ਵੱਧ ਕੋਈ ਕੰਮ ਖਰਾਬ ਕੀਤਾ ਮੈਨੂੰ ਡਾਂਗਾ ਸੁੱਟਗਾ ਨਾ ਕੁੱਟਣਗੇ ਜਾਂ ਤਾਂ ਚੱਜਣਾ ਮਾਰਦੀ
ਚੱਜ ਨਾਲ ਮਾਂ ਉਹ ਬੰਦਾ ਫਿਰ ਵੀ ਕਿਤੇ ਉਹਨੇ ਜੇ ਹੱਥ ਚੱਕ ਲੈ ਫਸ ਜਾਗੇ ਆਪਾਂ ਦੋਨੇ ਮਾੜਾ ਮੋਟਾ ਡਰਾ ਲੈਣਾ ਬਸ ਇੰਨੇ ਨਾਲ ਕੀ ਹੱਥ ਚੱਕਣ ਵਾਲਾ ਉਹ ਕਿਹੜਾ ਉਹ ਤਾਂ ਕੋਰੀ ਬਣਿਆ ਫਿਰਦਾ ਚੱਲ ਤੂੰ ਵੀ ਆਪਦੇ ਢੰਗ ਨਾਲ ਜੇ ਕਹਿਦਾ ਕਰ ਇਹਨੂੰ ਪਿਆਰ ਦੇ ਨਾਲ ਬੋਲਣ ਦੀ ਲੋੜ ਨਹੀਂ ਹੁੰਦੀ ਹਾਂ ਕੋਈ ਨਹੀਂ ਚਾਹ ਦੀ ਘੁੱਟ ਕਰ ਲਾ ਪੁੱਤ ਚਾਹ ਮੈਂ ਬਣਾ ਲਿਆਉਣੀ ਨਾਲੇ ਉਧਰ ਧੁੱਪੇ ਬੈਠਣੇ ਆ ਗਏ ਮਾਂ ਦੇ ਘਰ ਮੈਂ ਤਾਂ ਸੁਣੀ ਬਿਠਾ ਦਾ ਇਹਨੇ ਸ਼ਾਮੇ ਮੰਜਾ ਜਮਾਏ ਬਣਿਆ ਫਿਰਦਾ ਹੈਗਾ ਨਾ ਕੋਈ ਕੰਮ ਧੰਦੇ ਨਾ ਕੋਈ ਰੇਜ ਹੋਇਆ ਘਰੇ ਐ ਤਾਂ ਨੀਗਾ ਵੀ ਸੋਧ ਕੇ ਧਰ ਦੂਗਾ ਕੋਈ ਕੰਮ ਕਹਿ ਕਹਿ ਕੇ ਕਰਾਉਣਾ ਪੈਂਦਾ ਬਗਾਨਿਆਂ ਵਾਂਗ ਘਰ ਤਾਂ ਬਣਾਉਂਦਾ ਹੀ ਨੀਗਾ ਗਗਨ ਹਾਂ ਰੋਟੀ ਦੇ ਦੇਣਾ ਸਾਰਾ ਕੰਮ ਨਿਬੇੜਿਆ ਭੁੱਖ ਲੱਗੀ ਆ ਰੋਟੀ ਤਾਂ ਐ ਮੰਗਦਾ ਜਿਵੇਂ ਅੱਗੇ ਤੈਨੂੰ ਅਸੀਂ ਰੋਟੀਆਂ ਲੁਕੋ ਕੇ ਰੱਖਦੇ ਹੁੰਨੇ ਆ ਤੂੰ ਇਹ ਜਗ੍ਹਾ ਤੂੰ ਆ ਪੰਜਾਂ ਝੋਸਲਾ ਚਾਰ ਰੋਟੀਆਂ ਨਾਲੇ ਤੂੰ ਆ ਸਾਰੇ ਬਿਸਕੁਟ ਖਾ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਸੀ ਮਾਂ ਨੂੰ ਦੇ ਦਿੰਦੀ ਮੈਂ ਚਾਹ ਨਾਲ ਆ ਦੋ ਬਿਸਕੁਟ ਛੱਡਿਆ ਹਜੇ ਤੂੰ ਭੁੱਖਾ ਗਾ ਹੈ ਲੈ ਵੀ ਝੋਸਲੇ ਨਾਲ ਹੀ ਹੁਣ ਇਹ ਕਾਹਨੂੰ ਛੱਡੇ ਸੀ ਦਿਖਾਵਾ ਕਰਨ ਇਹ ਤਾਂ ਮੈਂ ਕੀ ਕਰਨੀ ਆ ਹੁਣ ਤਾਂ ਰੋਟੀ ਖਾਵਾਂ ਮੈਂ ਤਾਂ ਤੜਕੇ ਚਾਹ ਨਾ ਖਾਦੇ ਸੀ ਮੈਨੂੰ ਖਾ ਲੈ ਮੈਂ ਤਾਂ ਮਾਂ ਦੀ ਚਾਹ ਲੈ ਕੇ ਜਾਂਦੀ ਸੀ ਗੱਲ ਨਾ ਖਾਊਂਗਾ ਖਾਊਂਗਾ ਤੂੰ ਰੋਟੀਆਂ ਆ ਪਈਆਂ ਚੱਕ ਲੈ ਬਸ ਆ ਪਈਏ ਦਾਲ ਭੁਰਜੀ ਆ ਲੈ ਲਈ ਹਾਏ ਬੇ ਟੁੱਟੇ ਹੱਥਾਂ ਵਾਲਿਆ ਮੈਂ ਕਹਿੰਦੀ ਸੀ ਕਾਣ 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 ਸੋਰੇ ਕਰਨ ਕੁੱਤੇ ਵਾਲੀ ਜੂਣ ਹੈ ਕੀ ਜੂਣ ਹੈ ਆਪਣੀ ਮੈਂ ਤਾਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਮੈਂ ਤਾਂ ਇਕੱਲਾ ਭਰਾ ਹੀ ਆ ਬਸ ਉਹ ਪਤਾ ਨਹੀਂ ਉਹਦੇ ਨਾਲ ਕਿਹੜਾ ਕਿਤੇ ਗੱਲ ਹੋਈ ਹੈ ਜੇ ਮੈਂ ਉਹਦੇ ਕੋਲ ਕੋਈ ਗੱਲ ਕਰੂੰਗਾ ਇਹ ਐਂ ਨਹੀਂ ਪਤਾ ਮੈਨੂੰ ਕੁੱਟਣ ਮਾਰਨ ਫਿਰ ਵੀ ਪੰਗਾ ਚਲੋ ਮਨ ਜਿਵੇਂ ਟਾਈਮ ਟੱਪਦਾ ਟੱਪਾ ਲਈਏ ਆ ਟੋਕਾ ਜਿਹਾ ਵੀ ਕਰਨਾ ਪਊ ਇਹਨੂੰ ਪਤਾ ਨਹੀਂ ਕੀ ਹੋ ਗਿਆ ਕੱਲ੍ਹ ਦੀ ਖੜੀ ਹੈ ਇਹ ਕਹਿਣਗੇ ਟੋਕਾ ਨਹੀਂ ਕਰਿਆ ਗਾਲੀ ਦੇਣ ਲੱਗ ਜੂ ਇਹ ਤਾਂ ਆ ਕੇ ਪੁੱਠਾ ਬੋਲਣਗੇ ਤਾਂ ਗਰਾਰੀ ਟੁੱਟੀ ਵੀ ਇਹਦੀ ਗਰਾਰੀ ਟੁੱਟ ਗਈ ਹੈਪੀ ਕੀ ਕਰੀ ਇਹਨਾਂ ਕੁਛ ਨਹੀਂ ਗਗਨ ਇਹਦੀ ਗਰਾਰੀ ਟੁੱਟ ਗਈ ਮੈਨੂੰ 20-30 ਰੁਪਏ ਦੇ ਦੇ ਮੈਂ ਲਿਆ ਕੇ ਨਵੀਂ ਪਾ ਦੂੰਗਾ ਫਿਰ ਮੈਂ ਟੋਕਾ ਕਰੂੰਗਾ 20-30 ਰੁਪਏ ਝਾੜਾਂ ਨੂੰ ਲੱਗਦੇ ਜਿਹੜੇ ਮੈਂ ਝਾੜ ਕੇ ਲਿਆ ਕੇ ਤੈਨੂੰ ਫੜਾ ਦਾ ਪਹਿਲਾਂ ਤਾਂ ਮੇਰੀ ਮਾਂ ਨੂੰ ਪੁੱਛੂਗੀ ਫਿਰ ਮੈਨੂੰ ਉਹ ਕਹੂਗੀ ਵੀ ਇਹਦੀ ਬੇਕਦਰੀ ਨਾਲ ਟੁੱਟ ਗਈ ਆ ਵੀ ਜਦੋਂ ਤੂੰ ਇਹਦੀ ਬੇਕਦਰੀ ਕਰਦਾਂਗਾ ਉਦੋਂ ਧਿਆਨ ਨਾਲ ਨਹੀਂ ਟੋਕਾ ਕਰ ਸਕਦਾ ਤੈਨੂੰ ਨਹੀਂ ਪਤਾ ਵੀ ਕੁਛ ਫਸਿਆ ਹੋਇਆ ਇਹਦੇ ਵਿੱਚ ਡੱਕਾ ਡੋਲਾ ਕੱਢ ਲਿਆ ਕਰਾਂ ਤੇਲ ਵੀ ਘੱਟ ਹੈ ਜੀ ਮਨ ਮਨ ਤਾਂ ਪੱਠੇ ਫਸੇ ਪਿਆ ਦੇ ਲਾ ਕੋਈ ਸਫਾਈ ਤਾਂ ਕਰਨੀ ਨਹੀਂ ਨੀ ਕੱਲਾ ਮਸ਼ੀਨ ਚੱਲੀ ਜਾਵੇ ਕੇਅਰ ਤਾਂ ਕਰਨੀ ਚਾਹੀਦੀ ਫੇਰ ਹੀ ਚੱਲੂਗਾ ਇਹ ਤੇਲ ਖਤਮ ਹੋ ਗਿਆ ਤੇਲ ਉੱਤੇ ਮੈਂ ਤੁਹਾਨੂੰ ਪੁੱਛਿਆ ਜੀ ਉੱਦੇ ਵੀ ਨਹੀਂ ਤੂੰ ਤੇਲ ਨੂੰ ਰੁਪਏ ਦਿੱਤੇ ਤੇਲ ਮੈਂ ਹੁਣ ਇਹਦੇ ਕਿੱਥੋਂ ਲਿਆ ਕੇ ਪਾ ਦਾਂ ਮੈਂ ਵੀ ਕਿੱਥੋਂ ਦੇਵਾਂ ਰੁਪਏ ਮੈਂ ਕਿਹੜਾ ਕੋਈ ਕਮਾਈ ਕਰਦੀ ਹਾਂ ਬਾਪੂ ਕੋਲ ਹੁੰਦੇ ਆ ਪੈਸੇ ਮੈਨੂੰ ਵੀ ਤੇਰੇ ਤੇ ਤਰਸ ਆ ਜਾਂਦਾ ਹੁੰਦਾ ਕਦੇ ਕਦੇ ਪਰ ਜਦੋਂ ਆ ਪੁੱਠੇ ਸਿੱਧੇ ਕੰਮ ਕਰਕੇ ਸਾਡੇ ਸਾਧਨ ਤੋੜੀ ਜਾਂਦਾ ਨਾ ਤੂੰ ਫਿਰ ਗੁੱਸਾ ਵੀ ਆ ਜਾਂਦਾ ਹੁੰਦਾ ਵੀ ਤੂੰ ਕਿਹੜਾ ਬਣਾਉਣੇ ਆ ਤੈਨੂੰ ਕਿਹੜਾ ਫਿਕਰ ਹੈ ਇਸ ਘਰ ਦੀ ਜੇ ਫਿਕਰ ਰੱਖੇ ਚੀਜ਼ਾਂ ਆਪੇ ਨਾ ਤੋੜੇ ਲਿਆ ਦੋ ਇਹਨੂੰ 20-30 ਰੁਪਏ ਪਾਉਣੀ ਇਹਨੇ ਗਰਾਰੀ ਹੁਣ ਕਿਵੇਂ ਟੋਕਾ ਕਰ ਲਾ ਉਹਨਾਂ ਨੂੰ ਕੁਛ ਪਾਉਣਾ ਤਾਂ ਹੀ ਹੱਥ ਨੇ ਧਾਰ ਕੱਢਾਂਗੇ ਉਹ ਤਾਂ ਉਹਦੀ ਆਜੂਗਾ ਟਾਈਮ ਨਾਲ ਡੈਰੀ ਵਾਲਾ ਤਾਂ ਚੱਲ ਮੈਂ ਹੱਥੀ ਕਰ ਲੈਣਾ ਹੱਥੀ ਕਰ ਲਾ ਸਾਨੂੰ ਕੀ ਸੁਣਾਈ ਕਰਦਾ ਬੰਦਾ ਫੇਰ ਵੀ ਤੂੰ ਤੂੰ ਕੀ ਜਨਾਨੀ ਆ ਵੀ ਥੱਕ ਜਾਏਗਾ ਨਾਲੇ ਬੰਦੇ ਤਾਂ ਕੰਮ ਕਰਦੇ ਸੋਹਣੇ ਲੱਗਦੇ ਆ ਚਾਹ ਪੀ ਲੈ ਚੱਲ ਕੋਈ ਗੱਲ ਨਹੀਂ ਮਾਂ ਟੋਕਾ ਕਰਦਾ ਹੱਥੀ ਫਿਰ ਨਾਲੇ ਕਿਸੇ ਨੂੰ ਬਾਹਰ ਘਰ ਦੀ ਗੱਲ ਨਾ ਦੱਸਿਆ ਕਰ ਵੀ ਮੈਨੂੰ ਭੱਜ ਭੱਜ ਕੇ ਬੋਲ ਜਾ ਕਹਿੰਦਾ ਕਰ ਕੋਈ ਗੱਲ ਨਹੀਂ ਮੇਰੀ ਜਨਾਨੀ ਆ ਫੇਰ ਕੀ ਹੋ ਗਿਆ ਜੇ ਬੋਲਦੀ ਹੈ ਜੇ ਕੋਈ ਮਜ਼ਾਕ ਜੜਾਉਂਦਾ ਹੁੰਦਾ ਚੰਗਾ ਕਿਉਂਕਿ ਆਪੇ ਹੀ ਰਹਿਣਾ ਸਾਰੀ ਉਮਰ ਜਿਵੇਂ ਮਰਜ਼ੀ ਕੱਟ ਲਾ ਆਖੇ ਲੱਗ ਕੇ ਕੱਟ ਲਾ ਕਲੇਸ਼ ਕਰਕੇ ਕੱਟ ਲਾ ਜ਼ਿੰਦਗੀ ਤਾਂ ਕੱਟਣੀ ਹੀ ਪੈਣੀ ਹੈ ਤੈਨੂੰ ਕੋਈ ਨਾ ਕੋਈ ਨਾ ਮਜਬੂਰ ਜਾ ਕੇ ਕਿਵੇਂ ਕਹਿੰਦਾ ਕੋਈ ਨਾ ਕਿਉਂ ਕੋਈ ਗੁਲਾਮੀ ਲੱਗਦੀ ਤੈਨੂੰ ਸਾਡੇ ਘਰੇ ਨਾ ਨਾ ਗੁਲਾਮੀ ਤਾਂ ਕਰੀਏ ਜ਼ਿੰਦਗੀ ਹੈ ਤੇਰੀ ਬਸ ਫਿਰ ਨਜ਼ਾਰੇ ਲੈਣਾ ਤੂੰ ਇੱਥੇ ਟੋਕਾ ਕਰ ਲਾ ਚਾਹ ਪੀ ਲਾ ਪਹਿਲਾਂ ਘੁੱਟ ਇਹਨਾਂ ਤੋਂ ਰੁਪਈਏ ਵੀ ਨਹੀਂ ਮੰਗਣ ਜੋ ਕਰੇ ਬਾਪੂ ਇਹ ਨਹੀਂ ਕਰੇ ਬਾਪੂ ਦਾ ਦੇ ਦਿੰਦਾ ਯਾਰ ਕੀ ਕਰਾਂ ਹੁਣ ਹੱਥੀ ਕਰਨਾ ਪਊ ਚੱਲ ਮਨਾ ਕਰਨੀ ਪੈਣਾ ਹੱਥੀ ਟੋਕਾ ਉਸ ਹੁਣ ਤਾਂ ਪਾਉਣੀ ਪਊ ਜੇ ਨਾ ਪਾਇਆ ਇਹਨਾਂ ਦਾ ਦੁੱਧ ਪੀਣ ਨੂੰ ਨਹੀਂ ਦੇਣਾ ਆਪਾਂ ਨੂੰ ਨਾ ਹੱਥ ਲੈਂਦੀ ਰੋਟੀ ਦੇਣੀ ਹੈ ਚੱਲ ਮੇਰਾ ਘਰ ਫਿਰਦਾ ਪੱਲਾ ਕਿੱਧਰੋਂ ਕਰੂੰਗਾ ਨਾ ਰੁੱਗ ਲਾਊਂਗਾ ਅਤੇ ਟੋਕਾ ਕਰੂੰਗਾ ਮੈਂ ਬੜੇ ਪਿੱਛ ਵਿਚਾਲੇ ਫਸਿਆ ਜੇ ਇਹਨਾਂ ਨੂੰ ਕਹਿਣੇ ਤਾਂ ਗਾਲ ਨਹੀਂ ਦੇਣ ਲੱਗ ਜਾਣਗੇ ਚੱਲ ਬਾਈ ਕਿਸੇ ਨੂੰ ਸੱਦ ਕੇ ਲਿਆਏ ਤਾਂ ਨਹੀਂ ਕੱਲੇ ਤਾਂ ਹੋਣਾ ਵੀ ਨਹੀਂ ਉਹ ਮੈਨੂੰ ਕਦੇ ਹੱਥ ਦੇ ਉਹ ਆ ਟੋਕਾ ਜਿਹਾ ਕਰਾ ਦੇ ਮੇਰੇ ਨਾਲ ਟੋਕਾ ਯਾਰ ਮੇਰੀ ਗੱਲ ਸੁਣ ਮੈਂ ਤਾਂ ਕਦੇ ਕਰਿਆ ਕੁਰਿਆ ਨਹੀਂ ਜਿਹੜਾ ਕੰਮ ਜਾ ਹੋਰ ਤੂੰ ਕੀ ਦੱਸ ਇੱਥੇ ਕਿਤੇ ਮੈਂ ਪਾਠ ਤੇ ਬਿਠਾਉਣ ਨੂੰ ਲਿਆਇਆ ਉਹ ਐਂ ਗੱਲ ਸੁਣ ਤਾਂ ਤੇਰੇ ਘਰ ਵਾਲੀ ਨਹੀਂ ਕਤਰਾਉਂਦੀ ਤੇਰੇ ਨਾਲ ਇਹ ਘਰ ਆਈ ਜੇ ਕਤਰਾਉਂਦੀ ਹੋਈ ਪਰ ਮੈਂ ਤੈਨੂੰ ਕਿ ਸੱਦ ਕੇ ਲਿਆਉਂਦਾ ਜੇ ਤਾਂ ਦੱਸ ਦੇ ਜੇ ਤਾਂ ਕਰਵਾਏਗਾ ਟੋਕਾ ਉਹਦੇ ਚਾਰ ਮਾਰ ਗੋਤਰੀ ਤੂੰ ਉਂਗਲੀ ਲਾ ਕੇ ਰੱਖਾਂਗਾ ਯਾਰ ਤੂੰ ਉਹ ਤੂੰ ਤਾਂ ਕਹਿਦਾ ਉਹ ਤਾਂ ਮੈਨੂੰ ਪਤਾ ਯਾਰ ਉਹਦੇ ਸੁਭਾਅ ਦਾ ਮੈਂ ਆਪੇ ਆਪਦੇ ਹਿਸਾਬ ਨਾਲ ਹੈਂਡਲ ਕਰ ਲੂ ਜਿਹੜਾ ਕੋਈ ਕੰਮ ਕਹੇ ਤੈਨੂੰ ਮੈਂ ਉਹ ਕਰ ਲਾ ਭਾਈ ਮੇਰੀ ਗੱਲ ਇਹਨੂੰ ਤੂੰ ਸਾਬ ਤੇ ਪਾ ਦੇ ਕਿਉਂ ਮੱਥਾ ਮਾਰਦਾ ਟੋਕਾ ਕਰੇਗਾ ਲਾਏਗਾ ਸਾਬ ਤੇ ਮਾਰਗਾ ਜੱਕ ਪਸੂ ਨੂੰ ਚੰਗਾ ਪਾ ਲੈਣਾ ਯਾਰ ਸਾਬ ਤੇ ਪਾ ਲੂ ਇਹਨਾਂ ਨੂੰ ਸਾਬ ਤੇ ਪਾ ਪਾ ਕੇ ਉਹਨੂੰ ਇਹਦੇ ਨਾਲ ਕਿਤੇ ਕੰਮ ਨਾ ਮਿਲੇ ਉਹਦਾ ਰੋਟੀ ਖਾ ਲਈ ਜਾ ਕੇ ਮੌਜ ਨਾਲ ਚੰਗਾ ਚੱਲ ਪਾ ਲੈਣਾ ਮੈਂ ਸਾਬ ਤੇ ਚੰਗਾ ਪਾ 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 ਸਾਬ ਤੇ ਪਾ ਵੇ ਤਾਰੀ
जे कोई चज दी मत नहीं देनी हुंदी ना ते पुठे काम भी इनू नास खाया मैं तैनू पहले चज दी मत नहीं दिंदा मैं किनू माड़ा की कहा माड़ा का तो नहीं कहा आके साहब ती सट दे क्यों वो खा लेंदे पशु उस ते साहब ती पा देना मुड़के धारा कढ़ने वेले पशुआं ने दुध नहीं देना ना सारे दिन वो नाले तो अग दावा इन्ना दा करनगे नाले चले नहीं आने उन्ना असी तां कदे कम कुम करया नहीं साडियां तां बुढ़ियां ही कुतर दियां ने तू कुतर देगा फिर पाने मैं तू भाग जा साडे घरे ना चौधर कर कोई ना कुतर लगे तू भाई नु ओखा करिया नहीं तू भाग जा तारी मैं तो भाग जा ना साहब ते पा दी भाई तू मेरे हां नाल मेरी गल सुन जनानी तो कम करा शर्म करके डुब जे बंदा भी दस तीवे कम तीवगा कर लेंदे रोटी टुक कर लेंदे भांडे टिंडे मांज लेंदा होंगे दस पशु वाला कम भी करना हो है फिर बंदे की अगले ने चार पौना बंदे दा चल मैं रुक लाउणी बोला बोला ते फिर तू एक बारी भी ना बिच दी सांह ले ली चल ए भी ना कही भी रुग घट है वध है घट कर दे तेरा दम चढ़े सह चढ़े मैं की लेना पठिया का टाइम होया पे मैं लाउनी है रुग तेनू नाले पोले पोले लाऊंगी चल इत मिल गया शुक्र कर घरे नहीं जाना पिया किमें हैप्पी वधिया भाभी भैया और ठीक ठाक है भाभी वधिया बस जरा टाइम मैं माला दुबला पतला होया पिया वे तू की दसा भाभी तन्नू मेरे ते इत्थे आके ना जून खराब हो क्यों कुछ ना तू माला कम कराउंदी है ते काम छड़ तू काम ता मैं चल कर लेना हुन ता रोटी पानी भी नहीं दनी ए ता पहली वालियां सयानियां सी इन्ना ता तो सारे पिंड नु पता सी इन्नियां सयानियां सी मन्नू ता उस गल ता भी पता नहीं सी ओदा ता ते चौड़ा हो के जमीन दे मारे ने ब्याह करवाया सी हुन फक्त फक्ती है ना भाभी हुन तन्नू की दसां दे कल मैं तेरे पिंड गई सी अच्छा भाभी तोड़े वाला मिलया सी मैंने ठीक है भाभी ओ ता बड़ी टोर शोर कढ़दा अच्छा भाभी मुछ ते हाथ दे के जट बट उतों दी आए लगदा सारा पिंड मगर ला छड़िया इन्नी चढ़ाई कर छड़ी है ओ सारा पिंड पुछ के गल करदा उनु दा तू ओदे भरा ने तेरी ता बे मैं ता हक्की बक्की रह गई कल देख के ओनु लुकोला ते तेनु कड ला तेनु लुकोला ते ओनु कड ला थोड़ा ता जमी पूरा फर्क नहीं वे ये ता तुसी डबल रोल आ फिल्म वालेया वांगू तुसी आ भाई अत कर दो अत चल भाभी तू मेरा भरा कोले मेरा स्नेहा ला देंगी ਨੇਹਾ ਤਾਂ ਮੈਂ ਤੇਰਾ ਲਾ ਦੂੰਗੀ ਠੀਕ ਹੈ ਮੈਨੂੰ ਤਾਂ ਨਾ ਜੇ ਮੈਂ ਵੀ ਮੈਂ ਤੈਨੂੰ ਇੱਕ ਵਿਆਹ ਤਾਂ ਦਵਾਂ ਤੇਰੀ ਗੱਲ ਤਾਂ ਸੰਨੇ ਆ ਹਜੇ ਅੱਛਾ ਉਰੇ ਕਰ ਕੰਨ ਸੁਣ ਗਿਆ ਮੇਰੀ ਗੱਲ ਪੱਲੇ ਵੀ ਪਈ ਆ ਕਿ ਇੱਧਰ ਦੀ ਪਾਈ ਤੇ ਇੱਧਰ ਦੀ ਕੱਢਤੀ ਨਹੀਂ ਭਾਬੀ ਤੇਰੀ ਗੱਲ ਮੇਰੇ ਪੱਲੇ ਪੈ ਗਈ ਦੇਖ ਲੈ ਉਹ ਤਾਂ ਇਹਨਾਂ ਦੀ ਗੁੱਤਨੀ ਨੂੰ ਨਾ ਬੱਠ ਦੇ ਕੇ ਰੱਖੂਗਾ ਤੇ ਬਹੁਤ ਹੀ ਕੁੱਟੂ ਮਾਰੂਗਾ ਤੈਨੂੰ ਤੇਰਾ ਨਾ ਸਾਰਾ ਬਦਲਾ ਲੈ ਲੂਗਾ ਵੀ ਚੰਗਾ ਭਾਬੀ ਤੇ ਤੂੰ ਕੀ ਕਰੇਂਗਾ ਤੂੰ ਆ ਜਾਏਂਗਾ 4 ਵਜੇ ਉੱਠ ਖੜੇਂਗਾ ਕਿਤੇ ਤੂੰ ਸੌਂ ਜੇ ਥੱਕ ਕੇ ਠੀਕ ਹੈ ਕੋਈ ਨਾ ਭਾਬੀ ਮੈਂ ਆਪੇ ਆ ਜਾ 4 ਵਜੇ ਆ ਜੀ ਕੋਈ ਨਾ ਭਾਬੀ ਤੇ ਇਹਨਾਂ ਦੀ ਤਾਂ ਫੂਕ ਚੁਕਾ ਦੇਂ ਫਿਰ ਕੋਈ ਨਾ ਤੇਰਾ ਭਾਈ ਨੂੰ ਤਾਂ ਮੈਂ ਸਾਰਾ ਕੁਝ ਦੱਸ ਦੂੰਗੀ ਉਹਨਾਂ ਦਾ ਕੁੱਟਮਾਰ ਕਰਦੀਆਂ ਨੇ ਨੀਰੇ ਪੱਠੇ ਉਹ ਤਾਂ ਬਵਾਉਂਦੀਆਂ ਰੋਟੀ ਉਹਨੂੰ ਨਹੀਂ ਦਿੰਦੀਆਂ ਚਾਹ ਪਾਣੀ ਉਹਨੂੰ ਨਹੀਂ ਕੱਪੜੇ ਉਹਨੂੰ ਨਹੀਂ ਨਸੀਬ ਸੜੇ ਕੱਪੜੇ ਪਾ ਕੇ ਰੱਖਦਾ ਮੈਂ ਤਾਂ ਉਹਨੂੰ ਸਾਰੀ ਇਹ ਟੂ ਜੈਡ ਸਟੋਰੀ ਸੁਣਾ ਦੂੰਗੀ ਤੇਰੀ ਕੋਈ ਨਾ ਭਾਬੀ ਚੰਗਾ ਠੀਕ ਹੈ ਮੈਂ ਤੇਰੀ ਮਦਦ ਕਰ ਦੂੰਗੀ ਪਰ ਇੱਕ ਗੱਲ ਸੁਣ ਲੈ ਮੇਰੀ ਇਹ ਨਾ ਹੋਵੇ ਤੂੰ ਮੇਰਾ ਨਾਂ ਲੈ ਦੇ ਉਹਨਾਂ ਕੋਲੇ ਨਹੀਂ ਲੈਂਦਾ ਭਾਬੀ ਕਿਤੇ ਮੇਰੀ ਐ ਕਰਵਾ ਦੇ ਤੂੰ ਉਹਨਾਂ ਨਾਲ ਨਹੀਂ ਕਰਦਾ ਜਮਾ ਨਾ ਕਰੀ ਤੇ ਮੈਂ ਤੇਰਾ ਕੰਮ ਕਰਦੀ ਆ ਤੇ ਕੱਲ ਨੂੰ 4 ਵਜੇ ਸਹੀ 4 ਵਜੇ ਉੱਠ ਕੇ ਆ ਜੀ ਠੀਕ ਹੈ ਭਾਬੀ ਚੰਗਾ ਫਿਰ ਹੁਣ ਮੈਂ ਜਾਣੀ ਆ ਚੰਗਾ ਆਪਦਾ ਧਿਆਨ ਰੱਖੀ ਜੇ ਰੋਟੀ ਪਾਣੀ ਖਾਣੇ ਹੁੰਦੀ ਆ ਨਾ ਸਾਡੇ ਘਰੇ ਆ ਜਾ ਕਰ ਕੰਧ ਤੋਂ ਬੋਲ ਮਾਰ ਲਿਆ ਕਰ ਮੈਨੂੰ ਕਹਿ ਕੇ ਮਾੜਾ ਜਾ जमाई कि जमाई तो बस तेन पता ही है ਜਮਾਈ ਤਾਂ ਸਾਡਾ ਬੇਕਾਰ ਹੋਇਆ ਫਿਰਦਾ ਨਹੀਂ ਉਹਨੂੰ ਕਿੱਥੇ ਰੱਖ ਲਿਆ ਉਹਦੀ ਤਾਂ ਤੁਹਾਡੀ ਜ਼ਮੀਨ ਤੇ ਆਖਾ ਕੰਮ ਤਾਂ ਉਹ ਡੱਕਾ ਤੋੜ ਕੇ ਰਾਜੀ ਨਹੀਂ ਉਹ ਤਾਂ ਤੈਨੂੰ ਕਿਨੇ ਰਸਤਾ ਨਹੀਂ ਸਾਰੇ ਪਿੰਡ 'ਚ ਤਾਂ ਗੱਲਾਂ ਉੱਡੀਆਂ ਪਈਆਂ ਉਹਦੀਆਂ ਵੀ ਉਹ ਤਾਂ ਉਹਨੇ ਜਮਾਈ ਰੱਖ ਲਿਆ ਘਰ ਜਮਾਈ ਰੱਖ ਲਿਆ ਕੁੜੀ ਵਿਆਹ ਕੇ ਤੁਸੀਂ ਤਾਂ ਜਮਾਈ ਡੋਬਤੀ ਸਾਰੇ ਪਿੰਡ ਨੂੰ ਪਤਾ ਲੱਗ ਰਿਹਾ ਵੀ ਇਹਨਾਂ ਨੇ ਤਾਂ ਕੁੜੀ ਡੋਬਤੀ ਭੈਣੇ ਕੁੜੇ ਮੈਂ ਤਾਂ ਫਿਰ ਪੁੱਤ ਹੁਣ ਇਹ ਸੰਯੋਗ ਕਰਾਉਂਦੇ ਆ ਫਿਰ ਮਾਂ ਪਹਿਲਾਂ ਕਿਹੜਾ ਆਪਾਂ ਫਰੋਲ ਕੇ ਦੇਖਦੇ ਹੁੰਦੇ ਆ ਫਿਰ ਨਹੀਂ ਉਹ ਤਾਂ ਹੈਗਾ ਉਹ ਤਾਂ ਨਾ ਆਪਦੇ ਮਾਂ ਪਿਓ ਦਾ ਸੋਚਦਾ ਤੁਹਾਡਾ ਤਾਂ ਜਮੀ ਨਹੀਂ ਸੋਚਦਾ ਉੱਥੇ ਸੱਥ 'ਚ ਖੜ ਕੇ ਜਦੋਂ ਜਾਂਦਾ ਪੱਠੇ ਲੈਣ ਜਾਂਦਾ ਜਾਂ ਕੁਛ ਲੈਣ ਜਾਂਦਾ ਹਨਾ ਰਾਹ 'ਚ ਖੜ ਕੇ ਉੱਥੇ ਜਮਿੰਦਰ ਕੇ ਨਾਲ ਚੁਗਲੀਆਂ ਕਰਕੇ ਆਉਂਦਾ
ਬੇਸ ਦੀਆਂ ਤੁਹਾਡੇ ਘਰ ਦੀਆਂ ਮਾਵਾਂ ਧੀਆਂ ਮੈਨੂੰ ਕੁੱਟਦੀਆਂ ਨੇ, ਮਾਵਾਂ ਧੀਆਂ ਮੈਨੂੰ ਐਂ ਕਰਦੀਆਂ ਨੇ, ਮੈਨੂੰ ਰੋਟੀ ਨਹੀਂ ਦਿੰਦੀਆਂ, ਕਦੇ ਮੈਨੂੰ ਚਾਹ ਨਹੀਂ ਦਿੰਦੀਆਂ। ਉਹਦੀ ਤਾਂ ਨੀਰੀ ਤੁਹਾਡੀ ਪੈਸਿਆਂ ਵਾਲੀ ਕੋਠੀ ਤੇ ਅੱਖ ਆ ਭੈਣੇ, ਉਹ ਤਾਂ ਚਾਬੀਆਂ ਖੁੰਝਣ ਨੂੰ ਫਿਰਦਾ। ਐਂ ਨੀ ਪਤਾ ਤੁਹਾਨੂੰ ਸਰਵੇਸ, ਤੂੰ ਵੀ ਪਾ ਜੀ ਨਹੀਂ ਬਾ ਸਾਡਾ ਇਹ ਗੱਲ ਦਾ ਹੀ ਨੀ ਪਤਾ। ਤੁਹਾਨੂੰ ਤਾਂ ਕੀ ਪਤਾ, ਬਾਹਰ ਪਿੰਡ ਚ ਨਿਕਲ ਕੇ ਦੇਖੋ ਕੀ ਗੱਲਾਂ ਹੁੰਦੀਆਂ ਨੇ। ਤੁਸੀਂ ਤਾਂ ਕਦੇ ਨਿਕਲੀਆਂ ਹੀ ਨੀ, ਤੁਸੀਂ ਤਾਂ ਅੰਦਰ ਬੜੀਆਂ ਰਹਿੰਦੀ ਹੋ ਮਾਮਾ ਧੀਆਂ। ਕੋਈ ਨੀ, ਅੱਜ ਆਉਣ ਦੇ ਗਗਨ ਨੂੰ ਕਰਦੀਆਂ ਗੱਲ। ਹੋਰ ਭੈਣੇ, ਉਹਨੇ ਤਾਂ ਬਾਹਲਾ ਹੀ ਉਹ ਕਰ ਛੱਡਿਆ ਤੁਹਾਡਾ। ਅੱਛਾ, ਉਹ ਤਾਂ ਕਹਿੰਦਾ ਮੈਨੂੰ ਤਾਂ ਐਂ ਕੁੱਟਦੀਆਂ, ਐਂ ਕਰਦੀਆਂ, ਬਾਹ ਕਰਦੀਆਂ। ਉਹਨੇ ਤਾਂ ਇੰਨਾ ਬਦਨਾਮ ਕਰ ਛੱਡਿਆ, ਬਦਨਾਮ ਕਰ ਛੱਡਿਆ ਫਿਰ ਸਾਨੂੰ। ਅਗਲਾ ਕਹਿੰਦਾ ਦੇਖਣ ਵਾਲੇ ਨੂੰ ਕੀ ਪਤਾ, ਦੇਖਣ ਵਾਲਾ ਕਹਿੰਦਾ ਘਰੇ ਤਾਂ ਗਰੀਬ ਜਿਹਾ ਬਣ ਕੇ ਰਹਿੰਦਾ, ਘਰੇ ਤਾਂ ਉਹ ਐਂ ਰਹਿੰਦਾ ਵੀ ਮੇਰੇ ਵੱਲ ਤਾਂ ਸ਼ਰੀਫ ਹੀ ਨਹੀਂ ਕੋਈ। ਹਾਂ, ਤੇ ਬਾਹਰ ਅਗਲਾ ਕਹਿੰਦਾ ਇਹ ਤੀਵੀਆਂ ਇਹ ਜੀਆਂ ਉਹ। ਹਾਂ, ਅਗਲੇ ਨੂੰ ਕੀ ਪਤਾ ਵੀ ਉਹ ਮਾਵਾਂ ਧੀਆਂ ਕਿੰਨੀਆਂ ਚੰਗੀਆਂ ਨੇ। ਹਾਂ, ਅਗਲਾ ਤਾਂ ਕਹਿੰਦਾ ਜਮਾਈ ਨੂੰ ਕੁੱਟਦੀਆਂ ਨੇ, ਘਰ ਜਮਾਈ ਰੱਖ ਕੇ ਪਸੀੜ ਪਾ ਛੱਡੀ ਐ ਜੀ। ਹਾਂ, ਲਿਆ ਪੁੱਤ ਫਿਰ ਮੈਂ ਚਾਹ ਦੀ ਕੁੱਟ ਲਿਆਵਾਂ ਤੈਨੂੰ ਕਰਕੇ। ਚਾਹ ਨੂੰ ਤਾਂ ਬਸ ਰਹਿਣ ਦੇ, ਚਾਹ ਤਾਂ ਮੈਂ ਪੀ ਕੇ ਆਈ ਆ, ਤੂੰ ਮਾੜੀ ਜੀ ਉਹਦੇ ਗੌਰ ਰੱਖ। ਕੋਈ ਨੀ, ਉਹ ਗਗਨ ਮੈਨੂੰ ਦੀਦੀ ਨੀ ਕਿੱਧਰ ਗਈ? ਗਗਨ ਇੱਧਰ ਹੀ ਗਈ ਹੈਗੀ। ਅੱਛਾ, ਤੈਨੂੰ ਮਿਲ ਜੂਗੀ ਖਬਰ ਰਾਹ ਚ। ਜੇ ਮੈਨੂੰ ਰਾਹ ਚ ਮਿਲ ਗਈ ਤਾਂ ਮੈਂ ਉਹਨੂੰ ਦੱਸੂਗੀ ਵੀ ਨਹੀਂ, ਇਹ ਤਾਂ ਤੁਹਾਡੀਆਂ ਚੁਗਲੀਆਂ ਕਰਕੇ ਰੱਖਿਆ ਮੇਰੇ ਪਿਓ ਦੇ ਸਾਲੇ, ਇਹਨੂੰ ਨਾ ਗੋਡਿਆਂ ਥੱਲੇ ਲੈ ਕੇ ਰੱਖਿਆ ਕਰੋ। ਹਾਂ, ਉਹਨੂੰ ਜਾਂਦੀ ਜੇ ਤੈਨੂੰ ਟੱਕਰ ਗਈ ਸਮਝਾ ਦੀ। ਸਮਝਾ ਕੇ ਜਾਊਂਗੀ, ਉਹ ਤਾਂ ਬਾਹਲੀ ਭੋਲੀ ਸੀ ਆਪਣੀ ਕੁੜੀ ਤਾਂ, ਇਹਨੇ ਤਾਂ ਬੇੜੇ ਬੈਠੇ ਵਾਲੇ ਨੇ ਮੌਜ ਮਾਰ ਲਈ। ਹਾਂ, ਇਹਦੇ ਜਿੰਨਾ ਤਾਂ ਚਲਾਕ ਹੀ ਨਹੀਂ ਕੋਈ। ਬਸ ਬਸ ਬਸ, ਤੁਸੀਂ ਤਾਂ ਬਾਹਲੀਆਂ ਭੋਲੀਆਂ, ਇਹਨੇ ਤਾਂ ਤੁਹਾਡੀ ਸਾਰੇ ਪਿੰਡ ਚ। ਫਿਰ ਸਾਨੂੰ ਤਾਂ ਪੁੱਤ ਹੁਣ ਬਾਹਰ ਅਸੀਂ, ਆਪਾਂ ਤਾਂ ਬਦਨਾਮੀ ਕਰਾਉਣ ਤੋਂ ਡਰਦੇ ਆਂ ਗੱਲ ਤੋਂ। ਹੋਰ ਜ਼ਮੀਨ ਮਾਰੇ ਨੇ ਵਿਆਹ ਕਰਾਇਆ ਸੀ, ਹੋਰ ਕੀ, ਇਹਦੀ ਕੁੜੀ ਤੇ ਅੱਖ ਸੀ, ਇਹਦੀ ਤਾਂ ਜ਼ਮੀਨ ਤੇ ਅੱਖ ਸੀ। ਬਸ ਬਸ, ਹੋਰ ਇਹ ਤਾਂ ਕਿਸੇ ਕੰਮ ਦਾ ਨਹੀਂ। ਹਾਂ ਚੱਲ, ਫਿਰ ਮੈਂ ਜਾਣੀ ਆ ਤਾਈ, ਚੰਗਾ ਮੱਥਾ ਟੇਕਦੀ ਆ। ਚੰਗਾ, ਜਿਉਂਦੀ ਰਹਿ, ਵਸਦੀ ਰਹਿ। ਚੰਗਾ, ਲੈ ਦੱਸ, ਅੱਜ ਆ ਨਵਾਂ ਸੁਨੇਹਾ ਦੇ ਦੀ ਬਾਗਰੂ, ਸਾਰੇ ਪਿੰਡ ਚ ਪੰਡਦਾ ਫਿਰਦਾ ਨਾ, ਉਹੀ ਗੱਲ ਹੈ ਸਹੇੜਿਆ ਨਾਲੇ ਚੱਜਦਾ ਨਹੀਂ, ਕੀ ਇਲਾਜ ਬਣਾਵਾਂਗੀ। ਕਿੱਧਰ ਚੱਕਿਆ ਬਾਈ ਤੂੰ ਮੂੰਹ? ਮੈਂ ਗੁਰਦੁਆਰੇ ਮੱਥਾ ਟੇਕ ਕੇ ਆਉਂਦਾ ਸੀ। ਤੇਰਾ ਪਿਓ ਹੈ ਨਹੀਂ ਘਰੇ, ਆ ਕੇ ਕੱਖ ਪੱਠਾ ਪਾਉਣਾ ਪਊਗਾ ਛੇਤੀ ਮੁੰਡਿਆਂ ਹੀ। ਉਹ ਮੇਰਾ ਮਾਮਾ ਛੇਤੀ ਮੁੰਡਿਆਂ। ਆਹੋ ਵਗ ਜਾ। ਕੀ ਕਰੀਏ ਨਿਮਾ, ਭਾਂਡੇ ਧੋ। ਮੈਂ ਤਾਂ ਭਾਂਡੇ ਧੋ ਕੇ ਹਟੀ ਸੀ। ਲੈ ਆ ਕੇ ਭਾਂਡੇ ਧੋਤੇ, ਕੋਈ ਨਾ ਤੂੰ ਬਹਿ ਜਾ ਕਰ, ਆਰਾਮ ਕਰ ਲਿਆ ਕਰ, ਮੈਂ ਆ ਕੇ ਆਪੇ ਭਾਂਡੇ ਧੋ ਦੂੰ। ਅੱਛਾ, ਇਹ ਗੁਰਦੁਆਰੇ ਗਿਆ? ਹਾਂ, ਕੋਈ ਨੀ ਪੁੱਤ, ਤੈਨੂੰ ਔਖਾ ਹੋ ਜਾਂਦਾ ਕੱਲੀ ਨੂੰ। ਹਾਂ ਚੱਲ ਕੋਈ ਨਾ, ਮੈਂ ਵੀ ਮੱਥਾ ਟੇਕਿਆ ਵਾ ਤੇ ਮੈਂ ਇਹਨੂੰ ਵੀ ਛੇਤੀ ਲਿਆਉਂਗੀ। ਠੀਕ ਆ, ਆਏ ਮੈਂ ਕਿਸੇ ਕੋਲ ਖੜਨ ਨੀ ਦਿੰਦੀ। ਚੱਲ ਆ ਤਾਂ ਚੰਗੀ ਗੱਲ ਆ, ਜਿਹੜਾ ਮੱਥਾ ਟੇਕ ਕੇ ਕੰਮ ਸਟਾਰਟ ਕਰਦਾ। ਸੁਣਨਾ ਤਾਂ ਛੱਡੀ ਇਹਨੂੰ, ਬਾਹਰ ਚੁਗਲੀਆਂ ਕਰਦਾ ਕਹਿੰਦੇ। ਤੇ ਹੋਰ ਤਾਈ, ਤਾਂ ਮੈਂ ਜਾਣੀ ਆ, ਚੱਲ ਕੋਈ ਗੱਲ ਨਹੀਂ। ਨਾਲ ਹੀ ਕਿਹੜੇ ਸੀ ਆਈ? ਮੈਂ ਤਾਂ ਨਾ ਬਾਬੇ ਦੇ ਮੱਥਾ ਟੇਕ ਕੇ ਦੇਗ ਲੈ ਕੇ ਨਾਲ ਦੀ ਨਾਲ ਘਰੇ ਆ ਜੂਗੀ, ਨਾਲੇ ਇਹਨੇ ਸਾਰੇ ਕੰਮ ਕਰ ਲਿਆ ਹਜੇ। ਸੰਧੀ ਕਰਕੇ ਗਿਆ ਕਿ ਤੁਰ ਗਿਆ? ਆਈ ਤੁਰ ਗਿਆ, ਆ ਕੇ ਕਰੂਗਾ। ਚੱਲ ਚੰਗਾ ਧਿਆਨ ਰੱਖੇ, ਹੁਣ ਆ ਜਾਂਦੇ। ਚੰਗਾ ਚੰਗਾ, ਵਗ ਜਾ ਸਹੀ ਜਣੇ, ਨਾ ਲੜ ਜਾ। ਹਾਂ ਵੇ, ਤੂੰ ਕਿੱਧਰ ਚੱਲਿਆ ਤੜਕੀ ਤੜਕੇ? ਗੁਰਦੁਆਰੇ ਆ ਨਾ ਬਾਬੀ। ਅੱਛਾ, ਅੱਜ ਤੂੰ ਗੁਰਦੁਆਰੇ ਚੱਲਿਆ, ਉਹ ਗੱਲ ਯਾਦ ਆ ਤੈਨੂੰ? ਯਾਦ ਆ ਬਾਬੀ। ਪੱਕਾ? ਪੱਕਾ ਬਾਬੀ। ਫਿਰ ਤਾਂ ਵਧੀਆ ਹੋ ਗਿਆ, ਤੈਨੂੰ ਯਾਦ ਰਹਿ ਗਈ। ਮੈਨੂੰ ਤਾਂ ਐਂ ਲੱਗਦਾ ਸੀ ਤੇਰੇ ਤਾਂ ਦਿਮਾਗ 'ਚ ਰਹਿਣੀ ਨਹੀਂ, ਭੁੱਲ ਜਾਏਂਗਾ, ਰੋਟੀਆਂ ਖਾ ਕੇ ਸੌਂ ਜਾਏਂਗਾ। ਨਹੀਂ ਨਹੀਂ ਭੁੱਲਦਾ ਬਾਬੀ। ਚੰਗਾ ਫਿਰ, ਅੱਜ ਮੇਰੇ ਮੱਥੇ ਤੂੰ ਲੱਗ ਗਿਆ, ਮੈਨੂੰ ਲੱਗਦਾ ਅੱਜ ਮੇਰੀ ਖੜਕੈਂਤੀ ਪੱਕਾ ਹੋ ਗਈ ਤੇਰੇ ਵਾਲੀ ਸੱਸ ਤੋਂ। ਕਿਉਂ ਬਾਬੀ, ਮਜ਼ਾਕ ਕਰਦੇ ਨੇ? ਮੈਂ ਮਜ਼ਾਕ ਨਹੀਂ ਕਰਦੀ, ਧਿਆਨ ਰੱਖੀ ਗੱਲ ਦਾ, ਭੁੱਲੀ ਨਾ। ਨਹੀਂ ਭੁੱਲਦਾ, ਜਮਾ ਹੀ ਨਾ ਭੁੱਲੀ। ਅੱਗੇ ਨਾ ਤਾਂ ਪਹਿਲਾਂ ਆ ਜਾਂਦਾ ਸੀ, ਮਾਂ ਨੂੰ ਨੀਰਾ ਪਾਉਣ ਵਾਲਾ ਪਿਆ ਗਾ। ਤੂੰ ਆ ਗਈ, ਉਹ ਆਇਆ ਹੀ ਨੀਗਾ ਹਜੇ ਤੱਕ, ਨਹੀਂ ਆਇਆ ਉਹ? ਨਾ ਵੀ, ਹੋਏ ਮੈਂ ਮਰ ਜਾ, ਮੈਂ ਤਾਂ ਦੇਗ ਲੈ ਕੇ ਉਹਦੀ ਨਾਲ ਦੀ ਨਾਲ ਆ ਗਈ ਸੀਗੀ ਮੱਥਾ ਟੇਕ ਕੇ। ਮੈਂ ਚੱਲ ਬਰਤਨ ਧੋਈ ਜਾਂਦਾ ਚਾਹ ਵਾਲੇ, ਵੀ ਚੱਲ ਉੱਥੇ ਹੋਰ ਵੀ ਪੈਸੇ, ਮੈਂ ਚੱਲ ਸੇਵਾ ਵੀ ਕਰ ਲੈਣ ਦੇ ਗੁਰਦੁਆਰਾ ਸਾਹਿਬ ਤਾਂ। ਮੈਂ ਤਾਂ ਉਹਨੂੰ ਤਾਂ ਛੱਡਿਆ ਹੀ, ਇਹਦਾ ਮਤਲਬ ਕਿੱਥੇ ਖੜ ਗਿਆ ਬਸ ਚੁਗਲੀਆਂ ਕਰਨ ਆਪਣੀਆਂ? ਦੱਸ, ਨਾਲ ਹੀ ਲੈ ਕੇ ਆਉਣਾ ਸੀ ਤੂੰ? ਨਹੀਂ ਮਾਂ, ਆਹ ਕਿਵੇਂ ਬਦਲਿਆ ਬਦਲਿਆ ਜਾਂਦਾ? ਬਹਿ ਜਾ ਬਹਿ ਜਾ, ਕੋਈ ਗੱਲ ਨੀ, ਸਮਾਨ ਕੇ ਬਹਿ ਜਾ। ਨਾ ਤੈਨੂੰ ਸ਼ਰਮ ਸ਼ਰਮ ਹੈ ਕਿ ਨਾ, ਤੂੰ ਮੈਥੋਂ ਪਹਿਲਾਂ ਚਾਹ ਪੀ ਲਈ ਸੀ, ਦੇਗ ਵੀ ਮੈਥੋਂ ਪਹਿਲਾਂ ਲੈ ਲਈ ਸੀ, ਬਰਤਨ ਸਾਫ ਕਰਕੇ ਉਹ ਦੁਆਰ ਚ ਕਿੱਥੇ ਖੜ ਗਿਆ ਸੀਗਾ? ਬੜਾ ਬੋਲ ਜਰਾ, ਲੱਕੜ ਮਾਰੂ। ਪੀ, ਤੈਨੂੰ ਹੋਇਆ ਕੀ? ਤੂੰ ਐਂ ਕਾਹਤੋਂ ਬੋਲਦਾ, ਪਾਗਲ ਪੁਗਲ ਤਾਂ ਨੀ ਹੋ ਗਿਆ? ਨੀ ਮਾਂ, ਇਹ ਤਾਂ ਦਿਮਾਗ ਦਮੂਕ ਹੱਲ ਗਿਆ ਜਿਹੜਾ, ਐਂ ਕਰੀ ਜਾਂਦਾ। ਨਾਲੇ ਸ਼ਰਟ ਕੀ ਨੀ ਚੱਕ ਕੇ ਪਾ ਲਿਆ? ਆਹ ਕਿਹਦਾ ਪਾ ਲਿਆ ਵੇ? ਕੋਟ ਟੋਪੀ ਕਿੰਨੀ ਟੌਰ ਕੱਢੀ ਫਿਰਦਾ ਨੀ ਕੰਜਰ, ਤੇ ਟੌਰਾ ਕਿਹਨੇ ਦੇਖਣਾ? ਤੇਰੀਆਂ ਅੱਖਾਂ ਫੁੱਟੀਆਂ, ਉਹੀ ਕੱਪੜੇ ਆ ਵੇ? ਉਹੀ ਕੱਪੜੇ ਨਹੀਂ, ਕੱਲੀ ਸ਼ਰਟ ਸੀ, ਆਹ ਆਹ ਕਹਿੰਦੀ ਉੱਪਰਲੀ ਜਾਕਟ ਜੀ, ਇਹ ਕਿੱਥੋਂ ਬਦਲਿਆ? ਤੈਨੂੰ ਕੁਛ ਹੋ ਗਿਆ? ਚਲੋ ਚਲੋ।
तू देखी भजिया फिर मैं कराने तो कम जिन्हें बथेरा दुखी करा मेरे भरा डिगन बदले लाऊंगा।